a South Asian Canadian channel. Y Media Group ਦੇ ਚੈਨਲ Y ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਗਰਾਊਂਡ ਜ਼ੀਰੋ ਰਿਪੋਰਟ 'ਚ ਮੈਂ ਹਾਂ ਮੋਨਿਕਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਕੁਝ ਮੁੱਦਿਆਂ ਨੂੰ ਲੈ ਕੇ ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਨਗੇ ਸਾਡੇ ਨਾਲ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਵਿਨੇ ਸ਼ਰਮਾ ਜੀ ਸਭ ਤੋਂ ਪਹਿਲਾਂ ਵਿਨੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕਰਾਂਗੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜੋ ਅੱਜ ਕੱਲ੍ਹ ਪੰਜਾਬ ਦੌਰੇ 'ਤੇ ਨੇ ਅਤੇ ਉਹਨਾਂ ਵੱਲੋਂ ਸੀ ਐੱਮ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਇੱਕ ਸਕੂਲ ਦਾ ਦੌਰਾ ਕੀਤਾ ਗਿਆ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਮ ਐੱਸ ਪੀ ਦੇ ਉੱਤੇ ਵੱਡਾ ਬਿਆਨ ਦਿੱਤਾ ਗਿਆ ਅਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਕੱਲ੍ਹ ਵੱਖੋ ਵੱਖਰੀਆਂ ਮੀਟਿੰਗਸ ਕਰ ਰਹੀਆਂ ਨੇ ਅੱਜ ਹਰਿਆਣਾ ਦੀ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਵਿਨੇ ਜੀ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਮੁੱਦਿਆਂ ਦੀ ਤਾਂ ਕੈਨੇਡਾ ਦੇ ਵਿੱਚ ਓਮੀਕਰੋਨ ਦੇ ਮਾਮਲੇ ਪਾਏ ਜਾਣ ਤੋਂ ਬਾਅਦ ਹੁਣ ਟਰੈਵਲ ਬੈਨ ਨੂੰ ਲੈ ਕੇ ਪੋਲਿਸੀ ਚੇਂਜ ਦੇ ਗੱਲਬਾਤ ਚੱਲ ਰਹੀ ਹੈ ਉਸ ਨੂੰ ਲੈ ਕੇ ਤੁਸੀਂ ਕੁਝ ਦੱਸ ਦਿਓ ਜੀ ਮੋਨਿਕਾ ਜੀ ਹਾਲ ਹੀ 'ਚ ਜਿਹੜੀ ਹੈ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ 'ਚ ਤਾਂ ਜਿਹੜਾ ਕੋਵਿਡ-19 ਦਾ ਕਹਿਰ ਸੀਗਾ ਉਹ ਓਨਾ ਜ਼ਿਆਦਾ ਨਹੀਂ ਸੀਗਾ ਪਰ ਓਨਟਾਰੀਓ ਦੇ ਅੰਦਰ ਜਿਹੜਾ ਕਿ ਸਭ ਤੋਂ ਡੈਂਸਲੀ ਪੋਪੂਲੇਟਡ ਪ੍ਰੋਵਿੰਸ ਹੈਗਾ ਕੈਨੇਡਾ ਦਾ ਉੱਥੇ 10,000 ਮੌਤਾਂ ਅਜੇ ਤੱਕ ਕੋਵਿਡ-19 ਨਾਲ ਹੋ ਚੁੱਕੀਆਂ ਨੇ ਅਤੇ ਉਸ ਤੋਂ ਬਾਅਦ ਥੋੜ੍ਹੇ ਹੀ ਦਿਨ ਪਹਿਲੇ ਜਿਹੜੀ ਹੈ ਰਿਲੈਕਸੇਸ਼ਨ ਸ਼ੁਰੂ ਹੋਈਆਂ ਸੀ ਕਿ ਈਟਰੀਜ਼ ਫੂਡ ਰੈਸਟੋਰੈਂਟ ਜੁਆਇੰਟਸ ਵਗੈਰਾ 'ਤੇ ਜਿਹੜੀ ਹੈ ਉਹਨੇ ਗੌਰਮੈਂਟ ਜਿਹੜੀ ਹੈ ਰਿਲੈਕਸੇਸ਼ਨ ਜਿਹੜਾ ਸ਼ੁਰੂ ਕੀਤੇ ਸੀ ਉੱਥੇ ਪਰ ਹੁਣ ਓਮੀਕਰੋਨ ਕਰਕੇ ਜਿਹੜੀ ਹੈ ਸਿਰਫ ਕੈਨੇਡਾ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਚੈਲੇਂਜ ਤਾਂ ਹੈਗਾ ਹੀ ਹੈਗਾ ਇਹਦੇ ਨਾਲ ਜਿਹੜਾ ਏਅਰ ਟਰੈਵਲ 'ਤੇ ਬਹੁਤ ਜ਼ਿਆਦਾ ਇੰਪੈਕਟ ਪੈਣਾ ਨਾਲ ਜਿਹੜਾ ਲੋਕਲ ਹੁਣ ਡਿਬੇਟ ਇਹ ਸ਼ੁਰੂ ਹੋ ਗਿਆ ਜਿਵੇਂ ਕੈਨੇਡੀਅਨ ਹੈਲਥ ਐਕਸਪਰਟਸ ਉਹ ਕਹਿੰਦੇ ਆ ਕਿ ਬੂਸਟਰ ਡੋਸੇਜ ਜਿਹੜੀ ਹੈ ਉਹ ਹੁਣ ਮੈਂਡੋਟਰੀ ਜਿਵੇਂ ਪਹਿਲੇ ਸੀਗਾ ਉਹ ਜਿਹੜੀ ਹੈ ਹੋਣੀ ਚਾਹੀਦੀ ਕਰਾਉਣੀ ਚਾਹੀਦੀ ਜਾਂ ਨਹੀਂ ਕਰਾਉਣੀ ਚਾਹੀਦੀ ਉਹਦੇ 'ਤੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਡਿਬੇਟ ਚੱਲਦਾ ਪਿਆ ਵਰਲਡ ਓਵਰ ਕੁਛ ਸਾਇੰਟਿਸਟ ਇਹ ਕਹਿੰਦੇ ਆ ਕਿ ਬੂਸਟਰ ਡੋਸੇਜ ਜਿਹੜੀ ਹੈ ਉਹੀ ਇੱਕ ਵਿਕਲਪ ਹੈਗਾ ਕਿ ਜਿਹੜਾ ਇਹ ਓਮੀਕਰੋਨ ਵਾਇਰਸ ਹੈ ਜਾਂ ਤੁਸੀਂ ਫੁੱਲ ਜਿਹੜੀ ਆਪਣੀ ਇਮਿਊਨਿਟੀ ਡਿਵੈਲਪ ਕਰਨੀ ਹੈ ਅਤੇ ਸਿਰਫ ਬੂਸਟਰ ਡੋਸੇਜ ਜਿਹੜੀ ਹੈ ਉਹ ਤੁਹਾਨੂੰ ਬਚਾ ਸਕਦਾ ਹੈ ਅਤੇ ਇੰਡੀਆ ਵਾਸਤੇ ਵੀ ਜੇ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਇੰਡੀਆ ਵਾਸਤੇ ਵੀ ਇਹ ਜਿਹੜੇ ਮਹੀਨੇ ਹੁੰਦੇ ਆ ਕਿਉਂਕਿ ਵਿੰਟਰਸ ਦੇ ਅੰਦਰ ਨੋਰਮਲੀ ਇਹ ਹੁੰਦਾ ਹੈ ਜਿੰਨੇ ਵੀ ਖਾਸ ਕਰਕੇ ਇੰਡੀਅਨ ਡਾਇਸਪੋਰਾ ਬਾਹਰ ਹੈਗਾ ਪੰਜਾਬੀ ਡਾਇਸਪੋਰਾ ਜਿਹੜਾ ਪੂਰੀ ਦੁਨੀਆ ਦੇ ਅੰਦਰ ਹੈਗਾ ਉਹ ਵਿੰਟਰ ਦੇ ਦੌਰਾਨ ਜਿਹੜੇ ਹੈ ਉਹ ਭਾਰਤ ਨੂੰ ਆਉਣਾ ਸ਼ੁਰੂ ਕਰ ਦਿੰਦੇ ਆ ਅਤੇ ਇਹ ਜਿਹੜੇ ਮਹੀਨੇ ਹੁੰਦੇ ਆ ਚਾਹੇ ਤੁਸੀਂ ਕੈਨੇਡਾ ਲੈ ਲਓ ਯੂਕੇ ਲੈ ਲਓ ਜਾਂ ਨੌਰਥ ਅਮੈਰੀਕਨ ਕੰਟਰੀਜ਼ ਤੁਸੀਂ ਲੈ ਲਓ ਯੂਰੋਪੀਅਨ ਕੰਟਰੀਜ਼ ਲੈ ਲਓ ਉਹ ਸਾਰੇ ਜਿਹੜੇ ਆ ਨਵੰਬਰ ਦਸੰਬਰ ਦੇ ਟਾਈਮ ਜਿਹੜੇ ਆ ਉਹ ਵਾਪਿਸ ਉਹਨਾਂ ਨੇ ਆਉਣਾ ਹੁੰਦਾ ਤਾਂ ਕਰਕੇ ਇੰਡੀਅਨ ਗੌਰਮੈਂਟ ਇਜ਼ ਅਗੇਨ ਔਨ ਦਾ ਅਲਰਟ ਕਿਉਂਕਿ ਪਿਛਲੀ ਵਾਰੀ ਵੀ ਯੂਕੇ ਦੇ ਜਿੰਨੇ ਵੀ ਐਨਆਰਆਈਜ਼ ਆਏ ਸੀ ਜਾਂ ਯੂਕੇ ਤੋਂ ਜਿੰਨੇ ਟਰੈਵਲਰਸ ਆਏ ਸੀ ਕਾਫੀ ਜ਼ਿਆਦਾ ਕੇਸਿਸ ਜਿਹੜੇ ਆ ਦਿੱਲੀ ਏਅਰਪੋਰਟ 'ਤੇ ਉਹਨਾਂ ਨੇ ਜਿਹੜੇ ਆ ਉਹਨਾਂ ਦੇ ਪਾਏ ਗਏ ਸੀ ਇਸ ਵਾਰੀ ਕਿਉਂਕਿ ਓਮੀਕਰੋਨ ਦਾ ਅਲਰਟ ਵੀ ਹੈਗਾ ਭਾਰਤ ਸਰਕਾਰ ਵਾਸਤੇ ਵੀ ਇਹ ਚਿੰਤਾ ਦਾ ਵਿਸ਼ੇ ਬਣਿਆ ਹੋਏਗਾ ਅਤੇ ਸਿਰਫ ਭਾਰਤ ਕੈਨੇਡਾ ਜਾਂ USA ਪੂਰੇ ਵਿਸ਼ਵ ਜਿਹੜਾ ਹੈਗਾ ਅਲਰਟ 'ਤੇ ਹੈਗੇ ਆ WHO ਨੇ ਇਹਨੂੰ ਇੱਕ ਹਾਈ ਰਿਸਕ ਕੈਟੇਗਰੀ ਦਾ ਵੈਰੀ ਹਾਈ ਰਿਸਕ ਕੈਟੇਗਰੀ ਦਾ ਜਿਹੜਾ ਵੇਰੀਐਂਟ ਦੱਸਿਆ ਅਤੇ ਨਾਲ ਜਿਹੜੀ ਪੋਲਿਸੀ ਹੈਗੀ ਹੈ ਉਹ ਹਰ ਕੰਟਰੀ ਇਸ ਟਾਈਮ ਜਿਹੜੀ ਹੈ ਫਾਈਨਲ ਉਹਨੂੰ ਸ਼ੇਪ ਅਪ ਕਰਨ ਦੀ ਕਵਾਇਦ 'ਚ ਲੱਗੀ ਹੋਈ ਹੈ ਜੀ ਇਸ ਤੋਂ ਇਲਾਵਾ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਚਾਈਨਾ ਦੇ ਹੁਣ 85% ਲੋਕ ਸਿਰਫ ਮੈਂਡਰਿਨ ਲੈਂਗੁਏਜ ਹੀ ਬੋਲਣਗੇ ਇਹ ਪੂਰਾ ਮਾਮਲਾ ਕੀ ਹੈ ਵੇਖੋ ਇਹ ਖਬਰ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਖਾਸ ਕਰਕੇ ਹਰ ਵਾਰੀ ਬੋਲੀ ਦੇ ਉੱਤੇ ਕਾਫੀ ਡਿਬੇਟ ਹੁੰਦਾ ਹੈ ਕਿ ਹਰ ਜਿਹੜੀ ਕਮਿਊਨਿਟੀ ਹੈਗੀ ਹੈ ਹਰ ਇੱਕ ਪਰਟੀਕੁਲਰ ਪ੍ਰਾਂਤ ਜਿਹੜਾ ਹੈਗਾ ਭਾਰਤ ਦਾ ਇਹ ਇੱਕ ਸੈਂਟੀਮੈਂਟ ਹੁੰਦਾ ਹੈ ਕਿ ਸਾਡੀ ਮਾਂ ਬੋਲੀ ਹੈ ਅਤੇ ਇਹਨੂੰ ਹੀ ਵਧਾਵਾ ਬਣਾਇਆ ਜਾਏ ਆਫੀਸ਼ੀਅਲ ਲੈਂਗੁਏਜ ਵੀ ਜਿਹੜੀ ਹੈ ਇਹੀ ਬਣਾਈ ਜਾਏ ਆਫੀਸ਼ੀਅਲ ਲੈਂਗੁਏਜ ਅਤੇ ਵਾਰ ਵਾਰ ਜਿਹੜੀ ਹੈ ਈਵਨ ਕੈਨੇਡਾ ਤੱਕ ਜਿਹੜੀ ਹੈ US ਦੇ ਅੰਦਰ ਜਿਹੜਾ ਹੈ ਇਹ ਆਫੀਸ਼ੀਅਲ ਲੈਂਗੁਏਜ ਖਾਸ ਕਰਕੇ ਪੰਜਾਬੀ ਵੀ ਆਪਾਂ ਗੱਲ ਕਰਦੇ ਹਾਂ ਉਹਨੂੰ ਕਾਫੀ ਤਵੱਜੋ ਮਿਲੀ ਹੈ ਹਮੇਸ਼ਾ ਚਾਈਨਾ ਨੇ ਕੀ ਕੀਤਾ ਹੈ ਚਾਈਨਾ ਨੇ ਜਿਹੜੀ ਮੈਂਡਰਿਨ ਹੈਗੀ ਹੈ 85% ਜਿਹੜੇ ਸਿਟੀਜ਼ਨ 2025 ਤੱਕ ਜਿਹੜਾ ਹੈ ਉਹ ਮੈਂਡਰਿਨ ਬੋਲਣਗੇ ਉਹਨਾਂ ਨੇ ਪ੍ਰਮੋਟ ਤਾਂ ਕੀਤਾ ਇੱਕ ਪਰਟੀਕੁਲਰ ਲੈਂਗੁਏਜ ਨੂੰ ਕਿ ਉਹਦੇ ਨਾਲ ਜਿਹੜਾ ਹੈ ਜਿੰਨਾ ਆਫੀਸ਼ੀਅਲ ਵਰਕ ਹੈਗਾ ਚਾਹੇ ਤੁਸੀਂ ਕਿਸੇ ਵੀ ਚਾਈਨਾ ਦੇ ਕਿਸੇ ਵੀ ਪ੍ਰਾਂਤ ਦੇ ਹਿੱਸਾ ਹੋਵੇ ਤੁਹਾਨੂੰ ਜਿਹੜੇ ਬੱਚੇ ਹੈਗੇ ਆ ਉਹਨੂੰ ਤਾਲੀਮ ਇੱਦਾਂ ਦੀ ਕਰਤੀ ਕਿ ਤੁਸੀਂ ਸਿਰਫ ਇੱਕ ਲੈਂਗੁਏਜ ਦੇ ਉੱਤੇ ਜ਼ਿਆਦਾ ਤਵੱਜੋ ਦਿਓਗੇ ਉਹਦੇ ਨਾਲ ਜਿਹੜੇ ਹੈ ਨੈਗੇਟਿਵ ਇੰਪੈਕਟ ਇਹ ਹੈਗਾ ਕਿ ਜਿਹੜੇ ਲੋਕਲ ਡਾਇਲੈਕਟਸ ਹੈਗੇ ਆ ਲੋਕਲ ਡਾਇਲੈਕਟਸ ਨੂੰ ਬਹੁਤ ਜ਼ਿਆਦਾ ਖਤਰਾ ਪੈਦਾ ਹੋ ਗਿਆ ਕਿਉਂਕਿ ਜਦ ਲੋਕ ਜਿਹੜੇ ਆ ਬੋਲਣ
ਨਹੀਂ ਇੱਕ ਪਰਟੀਕੂਲਰ ਭਾਸ਼ਾ, ਉਹ ਉਹਦੇ ਨਾਲ ਬਾਕੀ ਡਾਇਲੈਕਟ ਦਾ ਕੀ ਹੋਏਗਾ? ਇਹਦੇ 'ਚ ਜਿਵੇਂ ਲੈ ਲਓ ਤੁਸੀਂ ਕੈਂਟਨੀਜ਼ ਡਾਇਲੈਕਟ ਹੈਗਾ, ਹੋਕੀਅਨ ਡਾਇਲੈਕਟ ਹੈਗਾ, ਈਵਨ ਤਿਬਤਿਨ ਡਾਇਲੈਕਟ ਹੈਗਾ ਚਾਈਨਾ ਦੇ ਅੰਦਰ, ਮੰਗੋਲੀਅਨ ਡਾਇਲੈਕਟ ਹੈਗਾ, ਉਗਰ ਡਾਇਲੈਕਟ ਹੈਗਾ, ਇਹਨਾਂ ਡਾਇਲੈਕਟਸ ਦਾ ਕੀ ਹੋਣਾ? ਕਿਉਂਕਿ ਤੁਸੀਂ ਭਾਰਤ ਦਾ ਵੀ ਐਗਜ਼ਾਮਪਲ ਲਓ, ਸਾਡੀ ਜਿਹੜੀ ਬੋਲੀ ਹੈ ਹਰ 25-30 ਕਿਲੋਮੀਟਰ ਦੇ ਬਾਅਦ ਜਿਹੜਾ ਸਾਡੇ ਲੋਕਲ ਡਾਇਲੈਕਟ ਹੈਗਾ ਉਹ ਚੇਂਜ ਹੁੰਦਾ ਹੈ। ਇੰਨੇ ਜ਼ਿਆਦਾ ਡਾਇਲੈਕਟਸ ਹੈਗੇ ਆ, ਸਟੇਟਸ ਜਿਹੜੀ ਹੈ ਆਲਮੋਸਟ ਇੰਡੀਆ ਦੇ ਅੰਦਰ ਜਿਹੜੀ ਹੈ ਇੰਨੀ ਜ਼ਿਆਦਾ ਭਾਸ਼ਾ ਜਿਹੜੀ ਹੈ, ਸਾਊਥ ਤੋਂ ਲੈ ਕੇ ਨੌਰਥ ਇੰਡੀਆ ਤੱਕ ਜਿਹੜੀ ਹੈ ਹਰ ਸਟੇਟ ਦੀ ਆਪਣੀ ਭਾਸ਼ਾ ਹੈਗੀ ਹੈ, ਬੰਗਾਲੀ, ਮਲਿਆਲੀ, ਹਿੰਦੀ, ਪੰਜਾਬੀ, ਅਤੇ ਹਰ ਕਮਿਊਨਿਟੀ ਚਾਹੁੰਦੀ ਹੈ ਕਿ ਉਹਦਾ ਜਿਹੜਾ ਇਨਫਲੂਐਂਸ ਦੂਜੀ ਕਮਿਊਨਿਟੀ ਤੋਂ ਜ਼ਿਆਦਾ ਹੋਵੇ। ਜਿਹੜਾ ਮਲਿਆਲੀ ਚਾਹੁੰਦਾ ਹੈ ਕਿ ਉਹ ਕਹਿੰਦਾ ਕਿ ਮਲਿਆਲੀ ਨੂੰ ਜ਼ਿਆਦਾ ਤਵੱਜੋ ਦਿਓ, ਤੁਸੀਂ ਬਾਕੀ ਲੈਂਗੁਏਜ ਨੂੰ ਥੱਲੇ ਰੱਖੋ। ਪੰਜਾਬੀ ਜਾਂ ਹਿੰਦੀ ਸਪੀਕਿੰਗ ਜਿਹੜੇ ਹੈ ਉਹ ਆਪਣੀ ਲੈਂਗੁਏਜ ਨੂੰ ਅੱਗੇ ਵਧਾਉਣਾ ਚਾਹੁੰਦੇ ਆ। ਚਾਈਨਾ ਨੇ ਇੱਕ ਯੂਨੀਫਾਰਮ ਪੋਲਿਸੀ ਜਿਹੜੀ ਲੈਂਗੁਏਜ ਨੂੰ ਲੈ ਕੇ ਤਾਂ ਕੀਤੀ ਹੈ ਤਾਂ ਕਿ ਇੱਕ ਘੱਟ ਤੋਂ ਘੱਟ ਇੱਕ ਲੈਂਗੁਏਜ ਜਿਹੜੀ ਹੈ ਉਹ ਪੂਰੇ ਜਿਹੜੀ ਕੰਟਰੀ ਤੋਂ ਉਹਨੂੰ ਜਿਹੜੀ ਹੈ ਇੱਕ ਲੈਂਗੁਏਜ ਉਹਨੂੰ ਇੱਦਾਂ ਦੀ ਹੋਏ ਜਿਹਦੇ ਨਾਲ ਕਿ ਸਾਰੇ ਜਿਹੜੇ ਆ ਆਪਸ 'ਚ ਇੰਟਰੈਕਟ ਇੱਕ ਲੈਂਗੁਏਜ 'ਚ ਕਰਨ, ਆਪਣੀ ਉਸ ਆਫਿਸ਼ੀਅਲ ਲੈਂਗੁਏਜ ਦੇ, ਚਾਹੇ ਉਹ ਸਰਚ ਇੰਜਨਸ ਹੈਗੇ ਆ, ਉਹਨਾਂ ਨੇ ਆਪਣੇ ਸਰਚ ਇੰਜਨ ਵੀ ਜਿਹੜੇ ਆ ਮੈਂਡਰਿਨ 'ਚ ਬਣਾ ਦਿੱਤੇ ਆ। ਅਤੇ ਐਂਡ ਚਾਈਨੀਜ਼ ਲੈਂਗੁਏਜ ਮੰਨਿਆ ਜਾਂਦਾ ਹੈ ਇਜ਼ ਅ ਟਫੈਸਟ ਲੈਂਗੁਏਜ ਟੂ ਲਰਨ। ਉਹਨੂੰ ਕੋਈ ਤੁਸੀਂ ਫਰੈਂਚ ਜਾਂ ਜਰਮਨ ਤਾਂ ਸਿੱਖ ਸਕਦੇ ਹੋ, ਅੰਗਰੇਜ਼ੀ ਤੁਸੀਂ ਸਿੱਖ ਸਕਦੇ ਹੋ, ਬਟ ਚਾਈਨੀਜ਼ ਦੇ ਅੰਦਰ ਅਲਫਾਬੈਟ ਜਿਹੜੇ ਆ ਇੰਨੇ ਜ਼ਿਆਦਾ ਹੈਗੇ ਆ ਕਿ ਤੁਸੀਂ ਉਹਨੂੰ ਸਿੱਖਣਾ ਸਿੱਖ ਤਾਂ ਸਕਦੇ ਆ, ਪਰ ਜਿਹੜੇ ਅੰਤਰਪਨਿਓਰਸ ਹੈਗੇ ਆ ਜਿਵੇਂ ਲੁਧਿਆਣੇ ਦੀ ਟੈਕਸਟਾਈਲ ਇੰਡਸਟਰੀ ਹੈਗੀ ਆ, ਉਹਦੇ ਜਿਹੜੇ ਉਹ ਅੱਜ ਵੀ ਜਿਹੜੇ ਆ ਮੈਂਡਰਿਨ ਲੈਂਗੁਏਜ ਨੂੰ ਜਿਹੜੇ ਆ ਕੋਸ਼ਿਸ਼ ਕਰਦੇ ਆ ਕਿ ਸਿੱਖੀਏ, ਕਿਉਂਕਿ ਉਹਨਾਂ ਨੇ ਐਕਸਪੋਰਟ ਇੰਪੋਰਟ ਨੂੰ ਲੈ ਕੇ ਉੱਥੇ ਜਾਣਾ ਹੁੰਦਾ। ਖੈਰ ਉਹ ਹੋਰ ਗੱਲ ਹੈਗੀ ਆ, ਪਰ ਜਿਹੜੀ ਇਹ ਬੋਲੀ ਦੀ ਨਈ ਪੋਲੀਟਿਕਸ ਤੁਸੀਂ ਕਹਿ ਲਓ ਇੱਕ ਚੀਜ਼ ਨੂੰ ਵਧਾਵਾ ਦੇਣਾ ਅਤੇ ਦੂਜੇ ਜਿਹੜੇ ਡਾਇਲੈਕਟਸ ਨੂੰ ਜਿਹੜੇ ਆ ਉਹਨਾਂ ਨੂੰ ਪੂਰਾ ਦਾ ਪੂਰਾ ਜਿਹੜੇ ਉਹਨਾਂ ਨੂੰ ਦਰਕਿਨਾਰ ਕਰ ਦੇਣਾ, ਇਹ ਵੀ ਕੋਈ ਚੰਗੀ ਪੋਲਿਸੀ ਨਹੀਂ ਹੈਗੀ ਹੈ। ਅਤੇ ਇਹ ਜਿਹੜਾ ਬੋਲੀ ਦਾ ਡਿਬੇਟ ਛਿੜਿਆ ਹੋਇਆ ਚਾਈਨਾ ਦੇ ਅੰਦਰ, ਇਹਦੇ ਨਾਲ ਇਹ ਵੀ ਮੰਨਿਆ ਜਾਂਦਾ ਕਿ ਇੰਟਰਨੈਸ਼ਨਲ ਟ੍ਰੇਡ ਨੂੰ ਜਿਹੜਾ ਇਹ ਕਾਫੀ ਜ਼ਿਆਦਾ ਹਿੱਟ ਵੀ ਕਰ ਸਕਦਾ ਹੈ, ਕਿਉਂਕਿ ਜਿਹੜੇ ਬਾਹਰ ਵਾਲੇ ਜਿਹੜੇ ਇਨਵੈਸਟਰਸ ਹੈਗੇ ਆ ਉਹਨਾਂ ਨੂੰ ਇਸ ਲੈਂਗੁਏਜ ਮੈਂਡਰਿਨ ਲੈਂਗੁਏਜ ਦੀ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ ਹੈ। ਜੀ ਜੀ, ਜੇਕਰ ਹੁਣ ਨਜ਼ਰ ਮਾਰੀਏ ਰਾਸ਼ਟਰੀ ਮੁੱਦਿਆਂ ਵੱਲ ਤਾਂ ਰਾਜ ਸਭਾ ਅਤੇ ਲੋਕ ਸਭਾ ਦੇ ਦੋਨੋਂ ਜਿਹੜੇ ਸਦਨ ਨੇ ਉਹਨਾਂ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਅਤੇ ਇਸ ਦੌਰਾਨ ਅੱਜ ਰਾਜ ਸਭਾ ਦੇ ਵਿੱਚ ਜਿਹੜੇ 12 MP ਮੁਅੱਤਲ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਇੱਕ ਵਾਰ ਫਿਰ ਤੋਂ ਹੰਗਾਮਾ ਕੀਤਾ ਗਿਆ। ਸੰਸਦ ਕੰਪਲੈਕਸ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਕੋਲ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਵਿੱਚ ਕਈ ਵੱਡੇ ਨੇਤਾ ਸ਼ਾਮਿਲ ਹੋਏ। ਇਸ ਤੋਂ ਇਲਾਵਾ ਰਾਜ ਸਭਾ ਦੀ ਜੇਕਰ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ। ਸੰਸਦ ਮੈਂਬਰਾਂ ਵੱਲੋਂ ਜਦੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਕੀਤੇ ਗਏ ਅਤੇ ਇਹ ਪੁੱਛਿਆ ਗਿਆ ਕਿ ਇਸ ਅੰਦੋਲਨ ਦੌਰਾਨ ਜਿਹੜੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਨੂੰ ਸਰਕਾਰ ਮੁਆਵਜ਼ਾ ਦੇਵੇਗੀ ਜਾਂ ਨਹੀਂ। ਦੇਖੋ, ਅੱਜ ਸਦਨ ਦੇ ਅੰਦਰ ਜਿਹੜਾ ਹੈ ਇਹ ਸਵਾਲ ਪੁੱਛਿਆ ਸੀ, ਇਹ ਜਿਹੜਾ ਮੁੱਦਾ ਚੱਕਿਆ ਸੀ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੈਗੇ ਆ ਕੇਸੀ ਵੇਣੁਗੋਪਾਲ, ਉਹਨਾਂ ਨੇ ਜਿਹੜੀ ਹੈ ਇਹ ਸਵਾਲ ਪੁੱਛਿਆ ਸੀ ਕਿ ਜਿਹੜੇ ਆ ਫਾਰਮਰ ਜਿਹੜੇ 700 ਜਿਹੜੇ ਉੱਥੇ ਮੌਤਾਂ ਹੋਈਆਂ ਨੇ ਉਹਦੇ ਬਾਰੇ, ਉਹਨਾਂ ਨੂੰ ਮੁਆਵਜ਼ਾ ਬਾਰੇ ਜਿਹੜੀ ਹੈ ਕੀ ਸਥਿਤੀ ਹੈਗੀ ਆ। ਅਤੇ ਐਗਰੀਕਲਚਰ ਮਿਨਿਸਟਰ ਨੇ ਜਿਹੜਾ ਨਰਿੰਦਰ ਸਿੰਘ ਤੋਮਰ ਨੇ ਆਪਣਾ ਜਿਹੜਾ ਔਰ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਕੋਲ ਤਾਂ ਕੋਈ ਰਿਕਾਰਡ ਹੀ ਨਹੀਂ ਹੈਗਾ, ਕੋਈ ਡਾਟਾ ਨਹੀਂ ਹੈਗਾ ਕਿ ਕਿੰਨੇ ਉੱਥੇ ਮੌਤਾਂ ਸ਼ਹਾਦਤਾਂ ਜਿਹੜੀ ਹੈ ਉਹ ਹੋਈਆਂ ਨੇ, ਅਤੇ ਉਹਦੇ ਨਾਲ ਜਿਹੜਾ ਮੁਆਵਜ਼ਾ ਦੀ ਜਿਹੜੀ ਹੈ ਤਾਂ ਹੀ ਮਿਲੇਗਾ ਜੇ ਉਹਨੇ ਕੋਲ ਕੋਈ ਉਹਨਾਂ ਦਾ ਰਿਕਾਰਡ ਹੋਏ। ਅਤੇ ਹੁਣ ਇਸ ਗੱਲ ਦੇ ਉੱਤੇ ਜਿਹੜੀ ਹੈ ਡੈਫੀਨੇਟਲੀ ਕੋਈ ਨਾ ਕੋਈ ਪ੍ਰਤੀਕਿਰਿਆ ਸੰਯੁਕਤ ਕਿਸਾਨ ਮੋਰਚਾ ਵੱਲੋਂ ਜ਼ਰੂਰ ਆਏਗੀ, ਪਰ ਨਾਲ ਇਹ ਵੀ ਹੈ ਕਿ ਇਹ ਜਿਹੜਾ ਅੰਦੋਲਨ ਸੀਗਾ ਨਵੰਬਰ 2020 ਤੋਂ ਸ਼ੁਰੂ ਹੋਇਆ ਸੀ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਸ 'ਤੇ, ਅਤੇ ਕਾਫੀ ਉੱਥੇ ਹਾਰਸ਼ ਵਿੰਟਰਸ, ਉਹਨਾਂ ਨੇ ਜਿਹੜੀ ਹੈ ਕੰਡੀਸ਼ਨ ਜਿਹੜੀ ਹੈ ਕਿਤੇ ਕਿਤੇ ਕਾਫੀ ਜ਼ਿਆਦਾ ਖਰਾਬ ਵੀ ਹੋ ਜਾਂਦੀਆਂ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਉੱਥੇ ਜਿਹੜਾ ਸਾਰੀ ਫੈਸਿਲਿਟੀਜ਼ ਨਹੀਂ ਅਵੇਲੇਬਲ ਸੀਗੀ। ਕੁਛ ਉੱਥੇ ਜਿਹੜੇ ਹੈ ਸੁਸਾਈਡ ਦੇ ਕੇਸਿਸ ਵੀ ਹੋਏ ਆ ਇਸ ਅੰਦੋਲਨ ਦੇ ਦੌਰਾਨ। ਇਹ ਹਰਿਆਣਾ ਦੇ ਜਿਹੜੇ ਅੱਜ ਇੱਕ ਕਾਨਫਰੰਸ ਹੋਈ ਹੈ ਹਰਿਆਣਾ ਜਿਹੜੀ ਹੈ ਕਿਸਾਨ ਯੂਨੀਅਨ ਵੱਲੋਂ ਬਾਰਡਰ 'ਤੇ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਹੈ ਉਹਨਾਂ ਨੂੰ ਕੁਛ ਸਾਥੀਆਂ ਨੂੰ ਅਜੇ ਤੱਕ ਉਹ ਜੇਲ੍ਹ ਦੇ ਅੰਦਰ ਹੈਗੇ ਆ। ਮੰਨਿਆ ਇਹ ਜਾ ਰਿਹਾ ਕਿ ਉਹਨਾਂ ਨੇ ਕਿਸਾਨ ਨੇ ਸੁਸਾਈਡ ਕੀਤਾ ਸੀ, ਉਹਦਾ ਮਰਡਰ ਹੋਇਆ ਸੀ, ਉਹ ਮੈਟਰ ਵੀ ਅੰਡਰ ਇਨਵੈਸਟੀਗੇਸ਼ਨ ਹੋਇਆ, ਕੁਛ ਇੱਦਾਂ ਦੇ ਇੰਸੀਡੈਂਟਸ ਵੀ ਹੈਗੇ ਆ। ਅਤੇ ਇਹਦੇ ਨਾਲ ਜਿਹੜੇ ਹੈ ਕਿਉਂਕਿ ਹੁਣ ਕਿਸਾਨਾਂ ਲਈ ਡਿਮਾਂਡ ਹੈਗੀ ਹੈ ਕਿ ਜਿਹੜੇ 700 ਉੱਥੇ ਮੌਤਾਂ ਹੋਈਆਂ ਨੇ ਤੁਸੀਂ ਉਹਨਾਂ ਵਾਸਤੇ ਕੁਛ ਨਾ ਕੁਛ, ਉਹਨਾਂ ਦੇ ਪਰਿਵਾਰਾਂ ਵਾਸਤੇ, ਉਹਨਾਂ ਦੀ ਫੈਮਿਲੀਜ਼ ਵਾਸਤੇ ਜਿਹੜਾ ਕੁਛ ਮੁਆਵਜ਼ਾ ਜਿਹੜੀ ਸਰਕਾਰ ਨੂੰ ਕੁਛ ਜ਼ਰੂਰ ਐਲਾਨ ਕਰਨਾ ਚਾਹੀਦਾ। ਪਰ ਜੇ ਕਿਸਾਨ ਜਥੇਬੰਦੀਆਂ ਰਿਕਾਰਡ ਪ੍ਰੋਵਾਈਡ ਕਰ ਦਿੰਦੀਆਂ ਨੇ ਤਾਂ ਮੇਰੇ ਖਿਆਲ ਇਹ ਮੈਟਰ ਜਿਹੜਾ ਰਿਜ਼ੋਲਵ ਹੋ ਜਾਊਗਾ,
ਤੇ ਮੇਰੇ ਖਿਆਲ ਇਹ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇਹਦੇ ਉੱਤੇ ਹੋਰ ਵੀ ਡਿਵੈਲਪਮੈਂਟ ਦੇਖਾਂਗੇ ਕਿ ਐਗਰੀਕਲਚਰ ਮਿਨਿਸਟਰ ਜਾਂ ਆਪ ਰਾਬਤਾ ਕਾਇਮ ਕਰਨ ਕਿਸਾਨ ਯੂਨੀਅਨਸ ਨਾਲ ਜਾਂ ਕਿਸਾਨ ਯੂਨੀਅਨਸ ਨੂੰ ਇੱਕ ਇੱਕ ਜਿਹੜੀ ਸ਼ਹਾਦਤ ਹੋਈ ਹੈ ਜੋ ਕੋਈ ਵੀ ਉੱਥੇ ਮੌਤ ਹੋਈ ਹੈ ਇੱਕ ਇੱਕ ਡਿਟੇਲ ਜਿਹੜੀ ਕਿਸਾਨ ਜਥੇਬੰਦੀਆਂ ਕੋਲ ਹੈਗੀ ਹੈ ਉਹ ਬੜਾ ਈਜ਼ੀਲੀ ਇਸ ਡਾਟਾ ਨੂੰ ਜਿਹੜੀ ਸੈਂਟਰਲ ਗੌਰਮੈਂਟ ਨਾਲ ਉਹ ਸਾਂਝਾ ਕਰ ਸਕਦੇ ਹੈ ਅਤੇ ਉਸ ਤੋਂ ਬਾਅਦ ਕੀ ਯੂਨੀਅਨ ਐਗਰੀਕਲਚਰ ਮਿਨਿਸਟਰ ਇਹ ਕਹਿਣਗੇ ਕਿ ਹਾਂ ਅਸੀਂ ਮੁਆਵਜ਼ਾ ਦੇਣ ਨੂੰ ਤਿਆਰ ਜਾਂ ਨਹੀਂ ਉਹ ਵੀ ਇੱਕ ਜਿਹੜੀ ਹੈ ਵੱਡੀ ਡਿਵੈਲਪਮੈਂਟ ਹੋਏਗੀ ਜੀ ਜੀ ਬਿਲਕੁਲ ਜਿਵੇਂ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਖ ਵੱਖ ਮੀਟਿੰਗਸ ਕਰ ਰਹੀਆਂ ਨੇ ਕਿਉਂਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੁਣ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਬਾਕੀਆਂ ਮੰਗਾਂ ਨੇ ਜਿਹੜੀਆਂ ਉਹ ਵੀ ਮੰਨਣਗੇ ਨਾ ਜਾਂ ਨਹੀਂ। ਗੁਰਨਾਮ ਚੜੂਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ MSP ਤੇ ਕਾਨੂੰਨ ਬਣਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕਰਨ ਲਈ 5 ਕਿਸਾਨਾਂ ਦੇ ਨਾਮ ਮੰਗੇ ਗਏ ਨੇ ਪਰ ਹਾਲੇ ਤੱਕ ਹਰਿਆਣਾ ਸਰਕਾਰ ਵੱਲੋਂ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਉਹ ਕਿਸਾਨ ਆਗੂ ਸਤਨਾਮ ਸਿੰਘ ਦੇ ਬਿਆਨ ਤੋਂ ਬਾਅਦ ਖੜਾ ਹੋਇਆ ਜਿਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਪਰ ਕਿਸਾਨ ਜਥੇਬੰਦੀਆਂ ਦੇ ਵੱਖੋ ਵੱਖਰੇ ਬਿਆਨ ਨੇ ਜਿਸ ਕਾਰਨ ਹੁਣ ਕਿਸਾਨਾਂ ਜਥੇਬੰਦੀਆਂ ਨੇ ਜਿਹੜੀਆਂ ਵੱਖ ਵੱਖ ਮੀਟਿੰਗਸ ਕਰ ਰਹੀਆਂ ਨੇ। ਪੰਜਾਬ ਦੀ ਜਥੇਬੰਦੀ ਦੀ ਮੀਟਿੰਗ ਹੁਣ 4 ਦਸੰਬਰ ਨੂੰ ਹੋਣੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਇਹ ਮੀਟਿੰਗਾਂ ਅੱਗੇ ਅੰਦੋਲਨ 'ਤੇ ਕੀ ਅਸਰ ਪਾਉਣਗੀਆਂ? ਵੇਖੋ ਅੰਦੋਲਨ ਇਸ ਟਾਈਮ ਜਿਹੜਾ ਆ ਕਿਸਾਨ ਅੰਦੋਲਨ ਦੀ ਜਿੱਤ ਤਾਂ ਹੋਈ ਹੈ ਪਰ ਹੋਰ ਵੀ ਜਿਹੜੇ ਮੁੱਦੇ ਹੈਗੇ ਆ ਉਹ ਉੱਥੇ ਦੇ ਉੱਥੇ ਜਿਹੜੇ ਖੜੇ ਹੋਏ ਆ। ਨਾਲ ਇਹ ਵੀ ਹੈਗੀ ਹੈ ਇਸ ਟਾਈਮ ਇੱਦਾਂ ਦੀ ਫੀਲਿੰਗ ਆ ਰਹੀ ਹੈ ਜਿਵੇਂ ਕਿ ਅਲੱਗ ਅਲੱਗ ਬਿਆਨ ਜਿਹੜੇ ਆਉਂਦੇ ਪਏ ਆ। ਹਰਿਆਣਾ ਦੇ ਕਿਸਾਨ ਯੂਨੀਅਨ ਜਿਹੜੀ ਜਥੇਬੰਦੀਆਂ ਹੈਗੀ ਹੈ ਉਹਨਾਂ ਦੇ ਆਪਣੇ ਬਿਆਨ ਜਿਹੜੇ ਆ ਉਹ ਬੜੇ ਡਿਫਰੈਂਟ ਹੈਗੇ ਆ ਜਿਹੜੇ ਪੰਜਾਬ ਦੀ ਕਿਸਾਨ ਯੂਨੀਅਨ ਹੈਗੀ ਹੈ। ਰਾਕੇਸ਼ ਟਿਕੈਤ ਜੀ ਦਾ ਜਿਹੜਾ ਹੋਰ ਕਿਤੇ ਕੁਛ ਹੋਰ ਹੀ ਦੱਸਦਾ ਹੈ। ਕੁਛ ਜਥੇਬੰਦੀਆਂ ਇਸ ਅੰਦੋਲਨ ਨੂੰ ਅਜੇ ਵੀ ਕੰਟੀਨਿਊ ਕਰਨਾ ਚਾਹੁੰਦੀਆਂ ਨੇ। ਕੁਛ ਜਥੇਬੰਦੀਆਂ ਜਿਹੜੀ ਹੈਗੀ ਆ ਉਹ ਕਹਿੰਦੇ ਵੀ ਆਰ ਡਨ, ਅਸੀਂ ਜਿਹੜੇ ਆ ਸਾਨੂੰ ਜਿਹੜਾ ਸਾਡੀ ਲੜਾਈ ਜਿਸ ਮੇਨ ਅਹਿਮ ਮੁੱਦੇ ਦੇ ਉੱਤੇ ਸੀ ਉਹ ਰਿਜ਼ੋਲਵ ਹੋ ਗਿਆ ਅਤੇ ਅਸੀਂ ਹੁਣ ਵਾਪਸ ਆਪਣੇ ਘਰ ਨੂੰ ਚਲੀਏ। ਇਹਦੇ ਨਾਲ ਜਿਹੜਾ ਇੱਕ ਇੱਦਾਂ ਦਾ ਜਿਹੜਾ ਸੈਂਟੀਮੈਂਟ ਬਣ ਰਿਹਾ ਕਿ ਕਿਤੇ ਜਿਹੜੀ ਹੈ ਕਿਸਾਨ ਜਥੇਬੰਦੀਆਂ ਜਿਹੜੇ ਕਿ ਕਾਫੀ ਟਾਈਮ ਤੱਕ ਇਕੱਠੇ ਕਾਮਨ ਪਲੇਟਫਾਰਮ 'ਤੇ ਰਹੀਆਂ ਨੇ ਉਹਨਾਂ ਦੇ ਜਿਹੜੀ ਹੈ ਆਪਸ 'ਚ ਹੀ ਕਿਤੇ ਜਿਹੜੀ ਹੈ ਇੱਕ ਡਿਸਟੈਂਸ ਨਾ ਹੋ ਜਾਏ। ਅਤੇ ਕਿਉਂਕਿ ਹਰਿਆਣਾ ਦੇ ਕੁਛ ਜਥੇਬੰਦੀਆਂ ਦਾ ਇਹ ਵੀ ਸ਼ਿਕਵਾ ਸੀਗਾ, ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਜਿਹੜਾ ਹੈ 5 ਮੈਂਬਰ ਕਮੇਟੀ ਦੇ ਜਦ ਨਾਂ ਮੰਗੇ ਗਏ ਅਤੇ ਉਹ ਜਿਹੜਾ ਮੈਸੇਜ ਸੀਗਾ ਉਹ ਜਿਹੜਾ ਸੁਨੇਹਾ ਸੀਗਾ ਉਹ ਸਿਰਫ ਪੰਜਾਬ ਦੀ ਜਥੇਬੰਦੀਆਂ ਨੂੰ ਦਿੱਤਾ ਗਿਆ, ਹਰਿਆਣਾ ਦੀ ਜਥੇਬੰਦੀਆਂ ਨੂੰ ਜਿਹੜਾ ਹੈ ਇਹ ਸੁਨੇਹਾ ਨਹੀਂ ਦਿੱਤਾ ਗਿਆ। ਦੂਜੀ ਗੱਲ ਕਿਉਂਕਿ ਜਿਹੜੇ ਅਰੈਸਟ ਹੋਏ ਆ ਫਾਰਮ ਐਜੂਟੇਸ਼ਨ ਦੇ ਦੌਰਾਨ ਜਾਂ ਪ੍ਰੋਟੈਸਟ ਦੇ ਦੌਰਾਨ ਜਿਹੜੇ ਕਿਸਾਨ ਅਰੈਸਟ ਹੋਏ ਆ ਹਰਿਆਣਾ ਦੇ ਅੰਦਰ, ਕਿਉਂਕਿ ਐਜੂਟੇਸ਼ਨ ਜਿਹੜਾ ਸੀਗਾ ਹਰਿਆਣਾ ਦੇ ਅੰਦਰ ਹੋ ਰਿਹਾ ਸੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਜਿਹੜੇ ਆ ਇਹਨਾਂ ਦੇ ਕੋਈ ਨਾ ਕੋਈ ਪੋਜ਼ਿਟਿਵ ਜਿਹੜੇ ਕੇਸਿਸ ਹੋਏ ਆ ਸ਼ਾਇਦ ਉਹਨਾਂ ਨੂੰ ਵਾਪਸ ਲੈ ਲਈਏ। ਉਹਦੇ ਉੱਤੇ ਵੀ ਅੱਗੇ ਸਰਕਾਰ ਦਾ ਉਹਨਾਂ ਨੇ ਕੋਈ ਅਜੇ ਤੱਕ ਕੋਈ ਕਮਿਟਮੈਂਟ ਨਹੀਂ ਕੀਤੀ ਹੈਗੀ ਹੈ, ਨਾ ਹੀ ਕੇਸਿਸ ਵਾਪਸ ਹੋਏ ਹੈ। ਅਤੇ ਕਿਸਾਨ ਜਥੇਬੰਦੀਆਂ ਦਾ ਕੰਸਰਨ ਇਹ ਵੀ ਹੈਗਾ ਕਿ ਤੁਸੀਂ ਇਹ ਕੇਸਿਸ ਕਦ ਕਿੰਨਾ ਜਲਦ ਜਿਹੜੇ ਆ ਤੁਸੀਂ ਵਾਪਸ ਲਓਗੇ। ਤੀਜੀ ਗੱਲ ਜਿਹੜਾ ਰੈੱਡ ਫੋਰਟ 'ਚ ਲਾਲ ਕਿਲ੍ਹੇ 'ਚ ਜਿਹੜਾ ਪੂਰਾ ਦਾ ਪੂਰਾ ਇੰਸੀਡੈਂਟ ਹੋਇਆ ਸੀ ਉਹਦੇ 'ਚ ਕੁਛ ਹਲਕੀ ਜਿਹੜੀ ਆ ਵਾਇਲੈਂਸ ਵੀ ਹੋਈ ਸੀ, ਪੁਲਿਸ ਕਰਮੀ ਵੀ ਉਹਦੇ 'ਚ ਜ਼ਖਮੀ ਹੋਏ ਸੀ। ਉਸ ਦੌਰਾਨ ਵੀ ਕੁਛ ਕਿਸਾਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਜਾਂ ਕੇਸਿਸ ਪਾਏ ਗਏ ਸੀ, ਉਹਦੇ ਬਾਰੇ ਜਿਹੜਾ ਸਰਕਾਰ ਦਾ ਕੀ ਰੁੱਖ ਰਹੇਗਾ? ਕਿਉਂਕਿ ਉਹਦੇ 'ਚ ਜਿਹੜੀ ਹੈ ਸਟੇਟ ਹਰਿਆਣਾ ਗੌਰਮੈਂਟ ਦਾ ਜਿਹੜਾ ਰੋਲ ਨਹੀਂ ਹੈਗਾ ਕੋਈ ਵੀ, ਉਹ ਸਾਰਾ ਦਾ ਸਾਰਾ ਜਿਹੜਾ ਸੈਂਟਰਲ ਗੌਰਮੈਂਟ ਜਾਂ ਦਿੱਲੀ ਪੁਲਿਸ ਦਾ ਜਿਹੜਾ ਉਹਦੇ ਉੱਤੇ ਰੋਲ ਹੋਏਗਾ। ਅਤੇ ਦਿੱਲੀ ਪੁਲਿਸ ਜਿਹੜੀ ਹੈਗੀ ਹੈ ਹੋਮ ਡਿਪਾਰਟਮੈਂਟ ਆਮ ਆਦਮੀ ਪਾਰਟੀ ਕੋਲ ਨਹੀਂ ਹੈਗਾ, ਦਿੱਲੀ ਪੁਲਿਸ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਕੰਟਰੋਲ 'ਚ ਨਹੀਂ ਹੈਗੀ ਹੈ। ਕਹਿਣ ਦਾ ਮਤਲਬ ਸੈਂਟਰ ਸਰਕਾਰ ਦਾ ਹੀ ਮੁੱਦਾ ਹੈਗਾ, ਉਹਨਾਂ ਦੇ ਹੀ ਐਂਬਿਟ 'ਚ ਜਿਹੜਾ ਜਿੰਨੀ ਵੀ ਉਹ ਘਟਨਾ ਵਾਪਰੀ ਸੀ, ਕਿਸਾਨ ਇਹ ਵੀ ਚਾਹੁੰਦੇ ਆ ਕਿ ਉਹ ਵਾਲੇ ਕੇਸਿਸ ਵੀ ਵਾਪਸ ਲਿੱਤੇ ਜਾਣ। ਫਿਲਹਾਲ ਇੱਦਾਂ ਦੀ ਸਥਿਤੀ ਹੈਗੀ ਹੈ, ਪਰ ਕਿਸਾਨ ਜਥੇਬੰਦੀਆਂ ਬਿਆਨਬਾਜ਼ੀ ਇਸ ਟਾਈਮ ਕਰੀ ਪਈਆਂ ਨੇ, ਕਿਤੇ ਇਹ ਨਾ ਹੋਏ ਕਿ ਜਿਹੜੀ ਇਹ ਆਪਸ 'ਚ ਜਿਹੜੀ ਹੈ ਇਹਨਾਂ 'ਚ ਆਪਸ 'ਚ ਕੋਈ ਨਾ ਕੋਈ ਕਨਫਲਿਕਟ ਹੋ ਜਾਏ, ਕੁਛ ਕਹਿੰਦੀ ਪਈਆਂ ਨੇ ਅਸੀਂ ਇੱਥੇ ਰਹਿਣਾ, ਪਰ 4 ਦਸੰਬਰ ਤੱਕ ਜਿਹੜਾ ਆਪਾਂ ਥੋੜ੍ਹਾ ਵੇਟ ਕਰੀਏ, ਥੋੜ੍ਹਾ ਸਬਰ ਰੱਖੀਏ, ਕਿਉਂਕਿ 4 ਦਸੰਬਰ 'ਚ ਜਿਹੜਾ ਇੱਕਜੁੱਟ ਹੋ ਕੇ ਜਿਹੜਾ ਬਿਆਨ ਸਾਹਮਣੇ ਆਏਗਾ ਉਹਦੇ ਬਾਰੇ ਜਿਹੜੀ ਹੈ ਸਿਚੁਏਸ਼ਨ ਸੰਯੁਕਤ ਕਿਸਾਨ ਮੋਰਚਾ ਦਾ ਅੱਗੇ ਦੀ ਕੀ ਕਾਰਵਾਈ ਇਹਨਾਂ ਦੀ ਹੋਏਗੀ, ਐਜੂਟੇਸ਼ਨ ਵਧਾਉਣਾ ਹੈ ਜਾਂ ਉੱਥੇ ਰਹਿਣਾ ਹੈ ਜਾਂ ਵਾਪਿਸ ਆਪਣੇ ਆਪਣੇ ਘਰ ਨੂੰ ਜਾਣਾ, ਇਹ 4 ਦਸੰਬਰ ਨੂੰ ਹੀ ਕਲੀਅਰ ਹੋਏਗਾ ਜੀ। ਅਜਿਹੇ ਹੋਰ ਮੁੱਦਿਆਂ ਨੂੰ ਲੈ ਕੇ ਪ੍ਰੋਗਰਾਮ ਗਰਾਊਂਡ ਜ਼ੀਰੋ ਰਿਪੋਰਟ ਦੇ ਵਿੱਚ ਚਰਚਾ ਜਾਰੀ ਰੱਖਾਂਗੇ, ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। A South Asian Canadian channel.